ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਤਮਾਮ ਦੇਖਣ ਔਰ ਸੁਣਨ ਵਾਲਿਆਂ ਨੂੰ ਅਸਲਾਮ ਅਲੈਕਮ ਜਨਾਬ ਅਸੀਂ ਅੱਜ ਤੁਹਾਨੂੰ ਇਸਮੀ ਆਲੂ ਦਾ ਇੱਕ ਬੋਟਾ ਪੜ ਕੇ ਚੈੱਕ ਕਰਾਵਾਂਗੇ ਕਿਉਂਕਿ ਅਸੀਂ ਇਹ ਕਾਸ਼ਤ ਕੀਤਾ ਹੈ ਤਕਰੀਬਨ 7 ਏਕੜ ਪਿਛਲੇ ਸਾਲ ਅਸੀਂ ਇਹ ਕ੍ਰੇਟ ਲੈ ਕੇ ਵੀ ਬਣਾਇਆ ਸੀ ਔਰ ਐਸ ਦਾ ਫਸੀ ਇਹ ਕਾਸ਼ਤ ਕੀਤਾ ਹੈ ਕਰਨੀ ਤੇ ਕੱਚੀ ਪਟਾਈ ਸੀ ਲੇਕਿਨ ਇਹ ਕਹਿੰਦੇ ਨੇ ਜੀ ਦੂਸਰਾ ਕੱਚੀ ਪਟਾਈ ਵਾਸਤੇ ਬੜਾ ਬੈਸਟ ਹੈ ਲੇਕਿਨ ਅਸੀਂ ਜਿਹੜਾ ਜੀ ਇਨੂੰ ਐਨ ਦੀ ਤਕਰੀਬਨ ਪੱਕੇ ਪਟਾਏ ਦੀ ਕੋਸ਼ਿਸ਼ ਕਰ ਰਹੇ ਆ तकरीबन 100 ਡੇਨ ਤੋਂ ਉੱਪਰ ਦਾ ਹੋ ਗਿਆ ਉਹਦੀ ਰੀਜ਼ਨ ਇਹ ਹੈ ਕਿ ਅਸੀਂ ਕਹਾਂਗੇ ਨਵੇਂ ਬੀਏ ਚਲੋ ਇੱਕ ਤੇ ਇਹਦਾ ਪਤਾ ਲੱਗ ਜਾਏਗਾ ਤੇ ਦੂਸਰਾ ਬੀ ਵੀ ਬਣ ਜਾਏ ਕੋ ਇਸ ਦਫਾ ਕੁਛ ਏਕੜ ਦਾ ਬਣਿਆ ਤੇ ਅਗਲੀ ਦਫਾ ਕੋ तकरीबन ਕੋ 10 ਏਕੜ ਦਾ 15 ਦਾ ਬਣ ਜਾਏਗਾ ਉਸ ਵਾਸਤੇ ਜਨਾਬ ਅਸੀਂ ਅੱਜ ਇੱਕ ਬੂਟਾ ਪਟਕੇ ਚੈੱਕ ਕਰਨ ਲੱਗੇ ਕਿ ਇਹਦੇ ਥੱਲੇ ਕੋਈ ਚੀਜ਼ ਵੀ ਹੈ ਕਿ ਬਸ ਐਵੇਂ ਇਸਮੀ ਇਸਮੀ ਦਾ ਨਾ ਹੀ ਹੈ ਅਸੀਂ ਅੱਜ ਤੁਹਾਨੂੰ ਚੈੱਕ ਕਰਾਵਾਂਗੇ ਇਹਨਾਂ ਦੇ तकरीबन ਦਾਣੇ ਵੀ ਔਰ ਇੰਦੀ ਜਨਾਬ ਕਿੰਨਾ ਕੇ ਮੋਟਾ ਹੋ ਜਾਂਦਾ ਜਨਾਬ ਕੋ ਕਹਿੰਦੇ ਜੀ ਬੜੀ ਐਵਰੇਜ ਆਂਦੀ ਇੰਦੀ ਬੜੀ ਐਵਰੇਜ ਆਂਦੀ ਅਸੀਂ ਆਖੇ ਬੇਸੀ ਅੱਜ ਚੈੱਕ ਕਰਕੇ ਦੇਖੀਏ ਕਿ ਬਸ ਇਸਮੀ ਇਸਮੀ ਦੇ ਚੱਕਰ ਦੇ ਵਿੱਚ ਜਿਹੜਾ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ 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 ਫਿਰ ਹਾਲ ਤੇ ਦਾਣੇ ਬੜੇ ਪਿਆਰੇ ਆ ਰਹੇ ਨੇ ਉਹਨਾਂ ਅਗੇ ਅਗੇ ਦੇਖਦੇ ਹੁੰਦਾ ਹੈ ਕਿਆ ਮਾਸ਼ਾਅੱਲੂ ਮਾਸ਼ਾਅੱਲੂ ਇਹ ਜਨਾਬ ਅਸੀਂ ਇੱਕ ਬੂਟਾ ਪਟਿਆ ਤੁਹਾਡੇ ਸਾਹਮਣੇ ਔਰ ਮਾਸ਼ਾਅੱਲੂ ਜੀ ਬੜੀ ਅੱਛੀ ਚੀਜ਼ ਨਿਕਲਦੀ ਪਈ ਹੈ ਬਾਕੀ ਅਸੀਂ ਤੁਹਾਨੂੰ ਕਿਣਕੇ ਵੀ ਦੱਸਾਂਗੇ ਦਾਣੇ ਕਿੰਨੇ ਨੇ ਔਰ ਅੱਛਾ ਇਸ ਬੀ ਦਾ ਇੱਕ ਖੂਸੀਅਤ ਦੇਖੀਏ ਕਿ ਇਹ ਜਿਹੜਾ ਬੀ ਹੈ ਇਹ ਬੀ ਜਨਾਬ ਜਿਹੜਾ ਨਾ ਇਹਦੀ ਜਿਹੜੀ ਟੂਪਾਂ ਨੇ ਬੜੀਆਂ ਦੂਰ ਦੂਰ ਦਾ ਕੇ ਸੱਟਦਾ तकरीबन 4 ਡੇਢ ਤੇ ਜਾ ਕੇ ਸੱਟਦਾ ਵਾ ਹੋਰ ਆ ਦੇਖੋ ਜੀ ਇਹ ਇੱਕ ਬਾਲ ਦੇ ਥੱਲੇ ਪੱਟੇ ਨੇ ਦਾਣੇ ਜਨਾਬ ਇੰਨ ਚ ਬੀ ਵੀ ਤੁਹਾਨੂੰ ਦੱਸਾਂਗੇ ਕਿੰਨਾ ਬੀ ਹੈ ਕੀ ਗੱਲ ਹੈ ਤੇ ਕੀ ਬਾਤ ਹੈ ਤੇ ਬੀਤ ਮੈਨੂੰ ਲੱਗਦਾ ਜਿ세 ਜਿਹੜੇ ਚੱਕਰ ਚ ਹੈਗੇ ਆ ਕਿ ਬੀ ਕੋ ਨਿਕਲੇਗਾ ਪਰ ਨਹੀਂ ਨਿਕਲਣਾ ਬੀ ਰਾਸ਼ੇ ਨਹੀਂ 2 4 6 8 10 12 13 ਤੇ 2 ਆ 15 15 ਦਾਣੇ ਨੇ ਜਨਾਬ ਇਹਦੇ ਚਾਹੇ ਤੁਹਾਡੇ ਸਾਹਮਣੇ ਜੇ 15 ਦਾਣੇ 3 ਤੇ 3 6 6 ਇੱਕ ਦਾਣੇ ਬਹੁਤ ਮੁਸ਼ਕਲ ਹੈ ਬਲਕਿ ਇਹ ਦੋ ਜਿਹੜੇ ਨੇ ਇਹ ਵੀ ਰਾਸ਼ਨ ਚੱਲ ਜਾਂਦੇ ਨੇ ਇਹ ਚਾਰ ਕਿ ਜਿਹੜੇ ਦਾਣੇ ਨੇ ਇਹ ਦਾਣੇ ਵੀ ਦੇ ਨੇ ਬਾਕੀ ਜਿਹੜੇ ਨੇ ਇਹ ਸਭ ਰਾਸ਼ਨ ਹੈ ਔਰ ਇਹ ਤੁਹਾਡੇ ਸਾਹਮਣੇ ਮਾਸ਼ਾਅੱਲਾ ਕਿੱਡਾ ਪਿਆਰਾ ਨਿਕਲਿਆ ਬੜਾ ਅੱਛਾ ਹੈ ਔਰ ਅਸੀਂ ਇਹ 6 ਏਕੜ ਦੀ ਫਸਲ ਕਾਸ਼ਤ ਕੀਤੀ ਹੈ तकरीबन 6 6.5 ਏਕੜ ਔਰ ਇਹ ਤੁਹਾਡੇ ਸਾਹਮਣੇ ਖੜਾ ਹੈ